ਮੈਂ ਇਸ ਵੇਲੇ ਲਾਹੌਰ ਦੇ ਪੁਰਾਣੇ ਸ਼ਹਿਰ ਦੇ ਇਲਾਕੇ ਗਵਾਲ ਮੰਡੀ ਵਿੱਚ ਮੌਜੂਦ ਹਾਂ। ਗਵਾਲ ਮੰਡੀ ਜਿਹੜਾ ਹੈ ਉਹ ਦੁਨੀਆ ਭਰ ਵਿੱਚ ਆਪਣੇ ਮਜ਼ੇ ਮਜ਼ੇ ਦੇ ਖਾਣਿਆਂ ਅਤੇ ਫੂਡ ਸਟ੍ਰੀਟ ਦੀ ਵਜ੍ਹਾ ਤੋਂ ਜਾਣਾ ਜਾਂਦਾ ਹੈ। ਇਹੋ ਹੀ ਇਲਾਕਾ ਹੈ ਜਿਹਦੇ ਵਿੱਚ ਬਟਵਾਰੇ ਦੇ ਵਕਤ ਬਹੁਤ ਸਾਰੇ ਲੋਕ ਜਿਹੜੇ ਸਨ ਉਹ ਅੰਮ੍ਰਿਤਸਰ ਤੋਂ ਆ ਕਰ ਇੱਧਰ ਆਬਾਦ ਹੋਏ ਸਨ। ਸਿਆਸੀ ਤੌਰ 'ਤੇ ਇਹ ਇਲਾਕਾ ਜਿਹੜਾ ਹੈ ਇਹ ਪੂਰਵ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਹਨਾਂ ਦੇ ਖਾਨਦਾਨ ਦਾ ਗੜ੍ਹ ਸਮਝਿਆ ਜਾਂਦਾ ਹੈ। ਨਵਾਜ਼ ਸ਼ਰੀਫ ਖੁਦ ਅਤੇ ਉਹਨਾਂ ਦੀ ਪਤਨੀ ਵੀ ਇੱਧਰੋਂ ਇਲੈਕਸ਼ਨ ਲੜਦੇ ਰਹੇ ਨੇ। ਪੋਲਿੰਗ ਜਿਹੜੀ ਹੈ ਇੱਧਰ ਸੁਬਹ 6 ਵਜੇ ਤੋਂ ਸ਼ੁਰੂ ਹੋ ਗਈ ਹੈ। ਇੱਥੇ ਚੁਣਾਵ ਪ੍ਰਚਾਰ ਦੀ ਜਿਹੜੀ ਸਾਰੀ ਕੈਂਪੇਨ ਰਹੀ ਹੈ ਉਹ ਬਹੁਤ ਗਰਮਾ ਗਰਮ ਸੀ। PTI ਜਿਹੜੀ ਫਾਰਮਰ ਕ੍ਰਿਕਟਰ ਇਮਰਾਨ ਖਾਨ ਦੀ ਪਾਰਟੀ ਹੈ ਉਹਨੇ ਵੀ ਪੂਰਾ ਜ਼ੋਰ ਲਾਇਆ ਇਸ ਕੌਂਸਟੀਟੂਐਂਸੀ 'ਤੇ, ਕਿਉਂਕਿ ਸਿੰਬੋਲਿਕਲੀ ਇਹਦਾ ਜਿਹੜਾ ਰਿਜ਼ਲਟ ਹੈ ਉਹ ਬਹੁਤ ਇੰਪੋਰਟੈਂਟ ਹੋਏਗਾ ਨਵਾਜ਼ ਸ਼ਰੀਫ ਦੇ ਲਈ ਵੀ ਅਤੇ ਉਹਨਾਂ ਦੀ ਪਾਰਟੀ ਲਈ ਦੇ ਲਈ ਵੀ। ਉਹਨਾਂ ਦੀ ਪਾਰਟੀ ਲਾਹੌਰ ਵਿੱਚ ਅਤੇ ਪੂਰੇ ਪੰਜਾਬ ਵਿੱਚ ਪਿਛਲੇ 10 ਸਾਲ ਤੋਂ ਹਕੂਮਤ ਕਰੀ ਹੈ ਅਤੇ ਰਿਜ਼ਲਟ ਇਹ ਦੱਸੇਗਾ ਕਿ ਲਾਹੌਰ ਦੇ ਲੋਕ ਜਿਹੜੇ ਨੇ ਕਿਆ ਕੀ ਹੁਣ ਵੀ ਕੀ ਉਹ ਨਵਾਜ਼ ਸ਼ਰੀਫ ਦੇ ਨਾਲ ਖੜ੍ਹੇ ਨੇ ਜਾਂ ਨਹੀਂ ਖੜ੍ਹੇ ਨੇ। ਪੋਲਿੰਗ ਜਿਹੜੀ ਹੈ ਉਹ ਸ਼ੁਰੂ ਵਿੱਚ ਥੋੜ੍ਹੀ ਸੁਸਤ ਸੀ, ਹੁਣ ਆਹਿਸਤਾ ਆਹਿਸਤਾ ਥੋੜ੍ਹੀ ਬਿਹਤਰੀ ਆ ਰਹੀ ਹੈ। ਸਿਕਿਉਰਿਟੀ ਬਹੁਤ ਸਖਤ ਹੈ, ਪੁਲਿਸ ਹੈ, ਪੈਰਾਮਿਲਟਰੀ ਫੋਰਸ ਰੇਂਜਰ ਜਿਹੜੀ ਹੈ ਉਹ ਅੰਦਰ ਡਿਪਲੋਇਡ ਹੈ ਅਤੇ ਮੀਡੀਆ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਬਗੈਰ ਕੈਮਰਿਆਂ ਦੇ ਅਤੇ ਬਗੈਰ ਫੋਨ ਦੇ ਵੀ ਅਸੀਂ ਅੰਦਰ ਦਾਖਲ ਨਹੀਂ ਹੋ ਸਕਦੇ। ਪੋਲਿੰਗ ਜਿਹੜੀ ਹੈ ਉਹ ਸ਼ਾਮ 6 ਵਜੇ ਤੱਕ ਇਸੀ ਤਰ੍ਹਾਂ ਚੱਲਦੀ ਰਹੇਗੀ। ਸ਼ਮਾਲਾ ਜਾਫਰੀ, BBC ਪੰਜਾਬੀ, ਲਾਹੌਰ।